ਸਾਰਿਆਂ ਨੂੰ ਜੈ ਵਾਲਮੀਕਿ, ਹਰ ਹਰ ਵਾਲਮੀਕਿ, ਜੈ ਭੀਮ, ਜੈ ਭਾਰਤ। ਪਿਛਲੇ ਦਿਨੀ ਰਾਜਨੀਤਿਕ ਗਲੇਰਾਂ 'ਚ ਇਹਨਾਂ ਜੀ ਕਿੱਕਲੀ ਬੜੀ ਪਾਉਂਦੇ ਰਹੇ, ਕਿੱਕਲੀ ਬੜੀ ਪਈ। ਹਰ ਇੱਕ ਪਾਰਟੀ ਦੇ ਨੁਮਾਇੰਦੇ ਨੇ ਕਿਤੇ ਨਾ ਕਿਤੇ ਕਿੱਕਲੀ ਪਾਉਂਦਾ ਹੀ ਗਿਆ ਕੋਈ ਨਾ ਕੋਈ। ਸ਼ਾਇਦ ਉਹਨਾਂ ਨੂੰ ਇਹ ਮਤਲਬ ਨਹੀਂ ਪਤਾ ਹੈਗਾ ਕਿ ਕਿੱਕਲੀ ਹੈ ਨਾ ਇੱਕ ਖੁਸ਼ੀ ਦਾ ਤਿਉਹਾਰ ਹੈ। ਕਿੱਕਲੀ ਜਦ ਵੀ ਸਾਡੀਆਂ ਧੀਆਂ ਪਾਉਂਦੀਆਂ ਨਾ, ਖੁਸ਼ ਹੋ ਕੇ ਪਾਉਂਦੀਆਂ। ਮੈਂ ਦੁੱਖ ਦੇ ਨਾਲ ਕਹਿਣ ਲੱਗਾ ਕਿ ਇਸ ਬੱਚੀ ਨੂੰ ਕਿੱਕਲੀ ਪਾਉਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਪਰ ਮਾਨ ਸਾਹਿਬ, ਤੁਹਾਨੂੰ ਹੀ ਤੁਹਾਡੀ ਕਿੱਕਲੀ ਸੁਣਾਉਣ ਚੱਲਣਾ ਹੈਗਾ, ਧਿਆਨ ਨਾਲ ਸੁਣ ਲਿਓ ਜੀ। ਕਹਿੰਦੇ, ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ, ਫਿੜੇ ਮੂੰਹ ਇੱਦਾਂ ਦੇ ਬਦਲਾਵ ਨੂੰ ਲਿਆਈਦਾ। ਮੈਂ ਨਾ ਜੀ ਬੜੀ ਵਾਰੀ ਕਹਿੰਦਾ ਹੈਗਾ ਕਿ ਇਹ ਰਾਜਨੀਤੀ ਪਾਰਟੀਆਂ ਜ਼ਮੀਨੀ ਤੌਰ 'ਤੇ ਖੋਖਲੀਆਂ ਹੈਗੀਆਂ ਜੀ। ਉਹ ਨੰਨੀ ਸ਼ਾਹ ਵਾਲਿਆਂ ਨੂੰ ਦੇਖ ਲਓ ਜੀ, ਇੱਕ ਐਮ ਪੀ ਰਹਿ ਗਿਆ, ਐਮ ਐਲ ਏ ਮੇਰਾ ਖਿਆਲ ਪਤਾ ਨਹੀਂ ਇੱਕ ਜਾਂ ਦੋ ਹੀ ਰਹਿ ਗਏ। ਹਜੇ ਵੀ ਉਹ ਨਹੀਂ ਸਿੱਖਦੇ ਪਏ ਹੈਗੇ ਆ ਕਿ ਨੰਨੀ ਸ਼ਾਹ ਨਾਰਾ ਲਾਉਣ ਨਾਲ ਨਹੀਂ, ਇਹ ਨੰਨੀਆਂ ਧੀਆਂ ਦੇ ਲਈ, ਇਨਸਾਫ ਦੇ ਲਈ ਲੜਨ ਦੇ ਨਾਲ ਲੋਕਾਂ ਨੇ ਤੁਹਾਡੇ ਨਾਲ ਖੜਨਾ। ਨਹੀਂ ਤਾਂ ਫਿਰ ਇੱਦਾਂ ਹੀ ਹੀਰੋ ਤੋਂ ਜੀਰੋ ਬਣ ਕੇ ਤੁਸੀਂ ਲੋਕਾਂ ਨੇ ਆਉਣਾ ਜੀ। ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ, ਨਾਰਾ ਤਾਂ ਤੁਸੀਂ ਦਿੰਦੇ ਹੋ, ਬੇਟੀ ਬਚਾਓ ਬੇਟੀ ਪੜ੍ਹਾਓ। ਮੈਨੂੰ ਲੱਗਦਾ ਤੁਹਾਡੇ ਨਾ ਜੀ ਜਿਹੜੇ ਪੰਜਾਬ ਦੇ ਜਿੰਨੇ ਵੀ ਲੀਡਰ ਆ, ਰਜਿਸਟਰਡ ਬਸ਼ਰਮ ਨੇ। ਔਨਲਾਈਨ ਮੀਡੀਆ ਦੇ ਥਰੂ ਤੁਹਾਨੂੰ ਕਹਿ ਰਿਹਾ, ਲੁਧਿਆਣੇ ਦੇ ਜਿੰਨੇ ਵੀ ਤੁਹਾਡੇ ਬੀਜੇਪੀ ਦੇ ਮਾਣਯੋਗ ਨੇਤਾ ਹੋ, ਤੁਸੀਂ ਰਜਿਸਟਰਡ ਬਸ਼ਰਮ ਹੋ। ਕਿਆ ਤੁਹਾਨੂੰ ਇਸ ਕੁੜੀ ਦੇ ਲਈ ਵਿਆਹ ਦਾ ਜਿਵੇਂ ਕਾਰਡ ਛਪਵਾਉਣੇ ਹੈਗੇ ਆ, ਉੱਦਾਂ ਕਾਰਡ ਛਪਵਾ ਕੇ ਤੁਹਾਨੂੰ ਕਹਿਣਾ ਹੀ ਹੈ ਕਿ ਇਸ ਧੀ ਦੇ ਲਈ ਕੀ ਕਹਿੰਦੇ ਤੁਸੀਂ ਇਨਸਾਫ ਲੜਨ ਲਈ ਤੁਸੀਂ ਸਾਡੇ ਨਾਲ ਆ ਕੇ ਖੜੋ? ਇੱਕ ਧੀ ਦੇ ਇਨਸਾਫ ਲਈ ਨਹੀਂ ਹੁਣ ਲੜਾਈ ਲੜੀ ਜਾਏਗੀ। ਮਾਨਯੋਗ ਬਾਲੀ ਸਾਹਿਬ ਦੀ ਰਮਨਾਈ 'ਚ ਇੱਕ ਧੀ ਦੀ ਲੜਾਈ ਨਹੀਂ ਲੜੀ ਜਾਊਗੀ। ਜਿਹੜੀ ਧੀ ਉਹਦੀ ਕੁੱਖ ਦੇ ਵਿੱਚ ਮਰੀ ਹੈਗੀ ਹੈ, ਉਹਨੂੰ ਕੌਣ ਇਨਸਾਫ ਲਾ ਕੇ ਦੇਗਾ? ਮੈਂ ਇਸ ਰਾਜਨੀਤਿਕ ਗੰਦੀ ਇਹਨਾਂ ਦੀ ਸੋਚ ਦੇ ਜਿੰਨੇ ਵੀ ਹੈਗੇ ਨੇਤਾ ਹੈਗੇ ਆ, ਇਹਨਾਂ ਨੂੰ ਪੁੱਛਣਾ ਚਾਹੁੰਦਾ। ਔਰ ਮੈਂ ਬਾਲੀ ਸਾਹਿਬ ਦੇ ਸਾਹਮਣੇ ਇੱਕ ਪ੍ਰੋਮਿਸ ਕਰਦਾ, ਬਾਲੀ ਸਾਹਿਬ ਜਿੰਨੇ ਵੀ ਲੁਧਿਆਣੇ ਦੇ ਰਾਜਨੀਤਿਕ ਲੀਡਰ ਨੇ, ਉਹਨਾਂ ਦੇ ਘਰ ਜਾ ਕੇ ਕੁਐਸਚਨ ਕਰਾਂਗੇ ਕਿ ਭਾਈ ਇੱਕ ਧੀ ਦੇ ਨਾਲ ਤਾਂ ਸਮੂਹਿਕ ਬਲਾਤਕਾਰ ਹੋ ਗਿਆ, ਉਹਨੂੰ ਬਚਾਉਣ ਲਈ ਪੁਲਿਸ, ਉਹਨੂੰ ਬਚਾਉਣ ਲਈ MLA ਸਾਰੇ ਇਕੱਠੇ ਨੇ, ਠੀਕ ਹੈ ਨਾ ਜੀ? ਜਿਹੜੀ ਧੀ ਮਰ ਗਈ ਉਹਦੀ ਆਵਾਜ਼ ਕੌਣ ਉਠਾਏਗਾ? ਹੁਣ ਇਹ ਦੇਖਾਂਗੇ ਕਿਆ ਕਾਂਗਰਸ ਉਠਾਉਂਦੀ। ਕਾਂਗਰਸ ਦਾ ਰਾਜਕੁਮਾਰ ਮਣੀਪੁਰ ਦੀ ਧੀ, ਉਹਨੂੰ ਧੀ ਨਜ਼ਰ ਆਉਂਦੀ, ਉਹਨੂੰ ਯੂਪੀ ਦੀ ਧੀ ਧੀ ਨਜ਼ਰ ਆਉਂਦੀ, ਠੀਕ ਹੈ ਨਾ ਜੀ? BJP ਨੂੰ ਕਰਨਾਟਕਾ ਦੀ ਧੀ ਨਜ਼ਰ ਆਉਂਦੀ, ਉਹ ਲਵ ਜਿਹਾਦ ਨਜ਼ਰ ਆਉਂਦਾ। ਭਾਈ ਆਹ ਪੰਜਾਬ ਦੀ ਵੀ ਧੀ ਤੁਹਾਡੀ ਧੀ ਹੈਗੀ ਹੈ, ਇਹ ਤੁਹਾਨੂੰ ਨਜ਼ਰ ਨਹੀਂ ਆਉਂਦੀ? ਅੰਨੇ ਹੋ, ਕੰਨਾਂ ਤੋਂ ਬੋਲੇ ਹੋ? ਪਹਿਲਾਂ ਵੀ ਕੀ ਕਹਿੰਦੇ ਪ੍ਰੈਸ ਕਾਨਫਰੰਸ ਦੇ ਥਰੂ ਤੁਹਾਨੂੰ ਕਿਹਾ ਗਿਆ ਸੀਗਾ ਕਿ ਇਸ ਧੀ ਦੇ ਨਾਲ ਗੰਦਾ ਹੋ ਗਿਆ ਹੈਗਾ। ਮੈਨੂੰ ਇਹ ਲੱਗਦਾ ਹੈਗਾ ਖਾਲੀ ਕਿ ਤੁਹਾਨੂੰ ਇਹਨਾਂ ਵੋਟਰ ਪਤਾ ਹੁੰਦਾ ਕਿ ਸਾਡਾ ਵੋਟਰ ਆਹ ਇਲਾਕੇ 'ਚ, ਆਹ ਮੁਹੱਲੇ 'ਚ, ਆਹ ਗਲੀ 'ਚ ਬੈਠਾ ਹੈਗਾ, ਅਤੇ ਧੀ ਦੇ ਨਾਲ ਤਕਲੀਫ ਹੋਈ ਨੂੰ 6 ਮਹੀਨੇ ਹੋ ਗਏ, ਤੁਹਾਡੇ 'ਚੋਂ ਇੱਕ ਸ਼ਬਦ ਨਹੀਂ ਨਿਕਲਿਆ। ਲਾਲਤ ਤੁਹਾਡੀ, ਮੈਂ ਕਹਿੰਦਾ ਰਜਿਸਟਰਡ ਕੀ ਕਹਿੰਦੇ ਜਿੰਨੇ ਵੀ ਬਿਸ਼ਰਮ ਤੁਸੀਂ ਲੁਧਿਆਣੇ ਦੇ ਨੇਤਾ ਹੋ, ਤੁਹਾਨੂੰ ਸ਼ਰਮ ਆਉਣੀ ਚਾਹੀਦੀਆਂ ਹੈਗੀਆਂ, ਤੁਹਾਡੀਆਂ ਖੁਦ ਦੀਆਂ ਧੀਆਂ ਹੈਗੀਆਂ। ਹੁਣ ਲੜਾਈ ਮੰਗ ਉਹੀ ਹੈ ਜੀ, ਪਹਿਲਾਂ ਲੜਾਈ ਸੀਗੀ ਇੱਕ ਧੀ ਦੀ, ਜਿਹੜੀ ਕੁੱਖ 'ਚ ਧੀ ਮਰੀ ਹੈਗੀ ਹੈ ਉਹਦੀ ਕੀ ਕਾਰਵਾਈ ਕੀਤੀ ਜਾਏਗੀ? ਇਹ ਤਾਂ ਹੁਣ ਕੀ ਕਹਿੰਦੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਪੁੱਛਿਆ ਜਾਏਗਾ ਹੈਗਾ, ਕਿਉਂਕਿ ਕੁੜੀ ਜਿਹੜੀ ਬੱਚੀ ਹਾਈ ਕੋਰਟ ਦੇ ਆਰਡਰ ਦੇ ਨਾਲ ਡਿਲੀਵਰ ਹੋਈ ਹੈ, ਉਹ ਮਰ ਚੁੱਕੀ ਹੋਈ ਹੈਗੀ ਹੈ, ਉਹ ਮਰੀ ਬੱਚੀ ਪੈਦਾ ਹੋਈ ਆ। ਉਹ ਮੈਂ ਆਪ ਜੀ ਦੇ ਮਾਧਿਅਮ ਤੋਂ ਲੋਕਾਂ ਨੂੰ ਆਹਤ ਕਰਨਾ ਚਾਹੁੰਦਾ ਹੈਗਾ। ਮੈਂ ਇਹ ਨਹੀਂ ਕਹਿੰਦਾ ਕਿ ਕੱਲ੍ਹ ਜਿਹੜਾ ਹੋਇਆ ਉਹ ਕੀ ਕਹਿੰਦੇ ਹੈਗਾ ਚੰਗਾ ਹੋਇਆ, ਮਾੜਾ ਹੋਇਆ। ਕੱਲ੍ਹ ਬੜਾ, ਕੱਲ੍ਹ ਦਾ ਬੜਾ ਹਿੰਦੂ ਤਬ ਕੀ ਕਹਿੰਦੇ ਆ, ਚੜ੍ਹ ਚੜ੍ਹ ਕੇ ਆ ਰਿਹਾ ਹੈਗਾ ਕੀ ਕਹਿੰਦੇ ਮੀਡੀਆ ਦੇ ਵਿੱਚ ਕੀ ਕਹਿੰਦੇ ਆ, ਆਹ ਵੀ ਧੀ ਹਿੰਦੂ ਦੀ ਹੈ,
ਓਏ ਉਹਦੇ ਤਾਂ ਭਰਾ ਜਿਹੜੀਆਂ ਸੱਟਾਂ ਲੱਗੀਆਂ ਹੈਗੀਆਂ ਉਹ ਹੀਲ ਹੋ ਜਾਣੀਆਂ ਹੈਗੀਆਂ। ਆਹ ਧੀ ਦੀਆਂ ਜਿਹੜੀਆਂ ਕੀ ਕਹਿੰਦੇ ਆ ਸੱਟ ਲੱਗ ਚੁੱਕੀ ਹੋ ਗਈ ਆ, ਸਾਰੀ ਉਮਰ ਹੀਲ ਨਹੀਂ ਹੋਣੀ। ਹੁਣ ਮੈਂ ਦੇਖਣਾ ਚਾਹੁੰਦਾ ਅਗਲੇ 10 ਦਿਨ 'ਚ ਹਿੰਦੂ ਤਬ ਕਿਹੜਾ ਲੁਧਿਆਣਾ ਬੰਦ ਕਰਦਾ ਅਤੇ ਕਿਹੜਾ ਪੰਜਾਬ ਬੰਦ ਕਰਦਾ ਹੈਗਾ। ਇਹ ਮੈਂ ਆਪਦੇ ਮਾਧਿਅਮ ਤੋਂ ਉਹ ਹਿੰਦੂ ਤਬ ਦੇ ਜਿਹੜੇ ਠੇਕੇਦਾਰ ਨੇ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕੀ ਕਹਿੰਦੇ ਹੈਗਾ ਜੀ। ਸਰ ਇਹਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਅਪਡੇਟ ਕਰ ਦੇਵਾਂ। ਇਹ ਵੀਰ ਜਿਸ ਦਿਨ ਆਏ ਸੀਗੇ ਉਸ ਦਿਨ 2 ਨੋਮੀਨੇਟ ਸੀਗੇ ਜੀ। ਮਾਨਯੋਗ DCP ਜਸਕਰਨ ਸਿੰਘ ਤੇਜਾ ਜੀ ਨੂੰ ਮਿਲ ਗਏ ਸੀਗੇ ਜੀ। ਸਰਦਾਰ ਜਸਕਰਨ ਸਿੰਘ ਤੇਜਾ ਜੀ ਨੇ ACP ਸਾਹਿਬ ਨੂੰ ਉਸੇ ਦਿਨ ਔਰਡਰ ਦਿੱਤਾ ਸੀਗਾ ਕਿ ਭਾਈ 164 ਦੇ ਜਿਹੜੇ ਬਿਆਨ ਹੈ ਉਹਦੇ ਮੁਤਾਬਕ ਜਿਹੜੇ ਵੀ ਆਪਣੇ ਤੁਹਾਡੇ ਦੋਸ਼ੀ ਹੈਗੇ ਆ ਉਹਨਾਂ ਨੂੰ ਨੋਮੀਨੇਟ ਕਰ ਦਿੱਤਾ ਜਾਵੇ। ਉਸ ਤੋਂ ਬਾਅਦ 4 ਨੋਮੀਨੇਟ ਕਰ ਦਿੱਤਾ ਜਾਵੇ। ਕੋਈ ਤੁਸੀਂ ਕਿਸੇ ਵੀ ਤੁਹਾਡੇ ਇੱਕ ਸੱਜਣ ਦੀ ਇਹਨਾਂ ਕਲਿੱਪ ਦੇ ਵਿੱਚ ਜਿਹੜਾ ਚੌਂਕੀ ਇੰਚਾਰਜ ਉਹ ਐਕਸੈਪਟ ਕਰਦਾ ਹੈਗਾ ਕਿ ਹਾਂ 4 ਉਹਦੇ ਵਿੱਚ ਕੀ ਹੈ ਦੋਸ਼ੀ ਆ, ਉਹਦੇ 'ਚ ਗੌਰਵ ਵੀ ਦੋਸ਼ੀ ਹੈਗਾ ਹੈ। ਸ਼ਿਵਾ ਬਰਮੋਹੇ ਹੈ ਸ਼ੁਭ ਕਰਮਨ ਤੇ ਕਬਹੋਂ ਨਾ ਡਰੋ, ਨਾ ਡਰੋ ਸਿਉਂ ਚ ਬਜਾਇ ਲੜੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕਿ ਮਹਾਰਾਜ, ਪਹਿਲੀ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਜੀ ਪਾਤਸ਼ਾਹ ਜੀ, 10ਵੀਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਔਰ 5 ਦਰਿਆਵਾਂ ਦੀ ਧਰਤੀ ਜਿਹਨੂੰ ਪੀਰਾਂ ਫਕੀਰਾਂ ਦੀ ਧਰਤੀ ਕਹਿੰਦੇ ਹਾਂ ਆਪਾਂ, ਸਭ ਤੋਂ ਪਹਿਲਾਂ ਮੇਰੀ ਸਾਰਿਆਂ ਨੂੰ ਜੈ ਭੀਮ, ਜੈ ਭਾਰਤ, ਜੈ ਵਾਲਮੀਕਿ, ਹਰ ਹਰ ਵਾਲਮੀਕਿ, ਜੈ ਗੁਰੂਦੇਵ, ਧੰਨ ਗੁਰੂਦੇਵ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਸ਼੍ਰੀ ਰਾਮ। ਮਾਣਯੋਗ ਭਗਵੰਤ ਸਿੰਘ ਮਾਨ ਜੀ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਤੁਹਾਡੇ ਸਾਰੇ ਹੀ ਰਿਸਪੈਕਟਡ ਮੀਡੀਆ ਭਰਾਵਾਂ ਦੇ ਰਾਹੀਂ ਕਿ ਮਾਨ ਸਾਹਿਬ ਤੁਹਾਡੇ ਘਰ ਵੀ ਬਿਟੀਆ ਦਾ ਆਗਮਨ ਹੋਇਆ, ਤੁਹਾਡੇ ਘਰ ਵੀ ਧੀਆਂ, ਤੁਹਾਡੇ ਘਰ ਵੀ ਮਾਂ, ਤੁਹਾਡੇ ਘਰ ਵੀ ਭੈਣਾਂ, 1 13 ਸਾਲ ਦੀ ਬੱਚੀ ਕਹਿੰਦੇ ਐਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। 1 13 ਸਾਲ ਦੀ ਬੱਚੀ ਨਾਲ ਰੇਪ ਹੋ ਜਾਂਦਾ, ਰੇਪ ਹੋਣ ਤੋਂ ਬਾਅਦ ਜਦੋਂ ਬੱਚੀ ਪ੍ਰੈਗਨੈਂਟ ਹੋ ਜਾਂਦੀ ਆਪਣੇ ਘਰ ਇਨਫੋਰਮੇਸ਼ਨ ਦਿੰਦੀ ਆ, ਮਾਂ ਬਾਪ ਨੂੰ ਦੱਸਦੀ ਆ, ਕਿਸੇ ਦਾ ਸਹਾਰਾ ਲੈਂਦੀ ਆ ਸੋਨੂ ਜੀ ਦਾ, ਇਹ ਚੌਂਕੀ ਜਾਂਦੇ ਆ, ਥਾਣੇ ਜਾਂਦੇ ਆ, ਥਾਣੇ ਵਾਲਿਆਂ ਨੂੰ ਜਦੋਂ ਪਤਾ ਲੱਗਦਾ ਕਿ ਜਿਹੜਾ ਬੰਦਾ ਮੇਨ ਅਕਿਊਜ਼ਡ ਆ ਮੌਜੂਦਾ ਸਰਕਾਰ ਦੇ ਵਿੱਚ MLA ਮੈਡਮ ਚੀਨਾ ਦਾ ਰਾਈਟ ਹੈਂਡ ਹੈ ਗੌਰਵ, ਪੁਲਿਸ ਉਹਨਾਂ ਨੂੰ ਉੱਥੋਂ ਦੌੜਾ ਦਿੰਦੀ ਹੈ, ਲੇਕਿਨ ਵਿਦ ਦਾ ਡਾਇਰੈਕਸ਼ਨ ਆਫ ਹਾਈ ਕੋਰਟ FIR ਦਰਜ ਕਰਨੀ ਪੈ ਜਾਂਦੀ ਆ। ਉਹਦੇ 'ਚ 2 ਅਕਿਊਜ਼ਡ ਉਹ ਨੋਮੀਨੇਟ ਕਰਦੀ ਆ, ਮੇਨ ਅਕਿਊਜ਼ ਨੂੰ ਛੱਡ ਦਿੰਦੀ ਆ। ਕੁੜੀ ਦੇ ਜਦੋਂ ਇਨਫੋਰਮੇਸ਼ਨ ਹਾਈ ਕੋਰਟ ਨੂੰ ਦਿੱਤੀ ਜਾਂਦੀ ਪ੍ਰੈਗਨੈਂਟ ਆ, ਵੀ ਇਹਦਾ ਅਬੋਰਟ ਕਰਾਈਏ ਜਾਂ ਬੱਚਾ ਜੰਮਣ ਲਈ ਇਹਨੂੰ ਆਪਾਂ ਪ੍ਰਯਾਸ ਕਰੀਏ, ਹਾਈ ਕੋਰਟ ਵੱਲੋਂ ਡਾਇਰੈਕਸ਼ਨ ਦਿੱਤੀ ਜਾਂਦੀ ਹੈ। ਡਾਇਰੈਕਸ਼ਨ ਹੋਣ ਤੋਂ ਬਾਅਦ ਬੱਚਾ ਮਰਿਆ ਹੋਇਆ ਪੇਟ 'ਚੋਂ ਪੈਦਾ ਹੁੰਦਾ, ਲੇਕਿਨ ਮਰਿਆ ਹੋਇਆ ਬੱਚਾ ਪੈਦਾ ਹੋਣ ਤੋਂ ਬਾਅਦ ਜਦੋਂ ਕੁੜੀ ਦੇ 164 ਦੇ ਬਿਆਨ ਦਰਜ ਹੁੰਦੇ ਆ, ਉਹਨਾਂ ਬਿਆਨਾਂ ਦੇ ਵਿੱਚ 2 ਨਾਮ ਹੋਰ ਸਾਹਮਣੇ ਆਉਂਦੇ ਆ, ਔਰ ਉਹ 2 ਨਾਮਾਂ ਦੇ ਵਿੱਚ ਇੱਕ ਨਾਮ ਗੌਰਵ, ਗੌਰਵ ਨਾਮ ਦਾ ਬੰਦਾ ਮੈਡਮ ਚੀਨਾ ਨਾਲ ਬੈਠ ਕੇ 8 ਤੋਂ 5 ਦਿਨ ਪਹਿਲਾਂ ਹੈਪੀ ਬਰਥਡੇ ਟੂ ਯੂ ਕੇਕ ਦੀ ਸੈਲੀਬ੍ਰੇਸ਼ਨ ਕਰ ਰਿਹਾ। ਕਹਿੰਦੇ ਡੁੱਬ ਮਾਰਨ ਡਿੱਗਣੀ ਚਾਹੀਦੀ ਹੈ ਇੱਦਾਂ ਦੀ ਔਰਤ ਜਿਹੜੀ ਕਿਸੇ ਦੇ ਦਰਦ ਨੂੰ ਨਹੀਂ ਸਮਝਦੀ। ਜਲੰਧਰ ਬਾਏ ਇਲੈਕਸ਼ਨ ਹੋ ਰਹੇ ਆ, ਅਗਰ ਮੇਰੀ ਵੀਡੀਓ ਜਲੰਧਰ ਦੇ ਨਿਵਾਸੀਆਂ ਤੱਕ ਪਹੁੰਚਦੀ ਆ, ਅਤੇ ਜਲੰਧਰ ਵਾਸੀਓ ਇੱਕ ਸਵਾਲ ਹੈ ਤੁਹਾਨੂੰ ਕਿ ਇਸ ਸਰਕਾਰ ਦੀਆਂ ਜਿੰਨੇ ਵਾਅਦੇ ਕੀਤੇ ਸੀਗੇ, ਸਵਾਲ ਹੈ ਮੈਨੂੰ ਮੇਰਾ ਉਹਨੂੰ ਰਾਜੇ ਵੜਿੰਗ ਨੂੰ ਵੀ ਬੜਾ ਕਿਲ ਕਿਲ ਕੇ ਬੋਲਦਾ ਸੀ, ਮੈਂ ਯੱਕ ਕਰ ਦੂੰ, ਮੈਂ ਵਾਹ ਕਰ ਦੂੰ, ਮੈਂ ਯਾਹ ਲਾ ਦੂੰ, ਮੈਂ ਵੋ ਲਾ ਦੂੰ, ਕਿੱਥੇ ਆ ਤੂੰ, ਰੋਜ਼ ਸੈਰ 'ਤੇ ਜਾਂਦਾ, ਤੈਨੂੰ ਇੱਕ ਛੋਟੀ ਜਿਹੀ ਬੱਚੀ ਦਾ ਦਰਦ ਨਹੀਂ ਸਮਝ ਆਇਆ। ਕਿੰਨਾ ਮੀਡੀਆ ਭਰਾਵਾਂ ਨੇ ਹੈਲਪ ਕੀਤੀ ਆ, ਕਿੰਨਾ ਨੂੰ ਖਬਰ ਨੂੰ ਚੱਕਣ ਦੀ ਕੋਸ਼ਿਸ਼ ਕਰਦੀ ਆ ਕੀਤੀ ਆ। ਮੈਂ ਸਵਾਲ ਕਰਨਾ ਚਾਹੁੰਦਾ ਦਲ ਬਦਲੂ ਰਵਨੀਤ ਸਿੰਘ ਬਿੱਟੂ ਨੂੰ ਕਿ ਕਿੱਥੇ ਤੇਰੇ ਉਹ ਵਾਅਦੇ, ਇੱਕ ਔਰਤ ਪਿੱਛੇ ਤੂੰ ਬੋਲ ਪਿਆ ਵੀ ਉਹਦੇ ਨਾਲ ਮਿਸਬਿਹੇਵ ਹੋ ਗਿਆ ਤੇਰੇ ਸ਼ਹਿਰ ਦੇ ਵਿੱਚ। ਸੋਨੀ ਸਾਹਿਬ ਨੇ ਪਹਿਲਾਂ ਗੱਲ ਕੀਤੀ ਆ ਕਿ ਮਾਣਯੋਗ ਪ੍ਰਧਾਨ ਮੰਤਰੀ ਸਾਹਿਬ ਕਿ ਤੁਹਾਡੇ ਵੱਲੋਂ ਹੀ ਸਲੋਗਨ ਹੈ ਬੇਟੀ ਬਚਾਓ ਬੇਟੀ ਪੜ੍ਹਾਓ, ਉਹ ਬੇਟੀ ਬਚੂਗੀ ਤਾਂ ਹੀ ਪੜ੍ਹੂਗੀ, ਇਹੀ ਕਹਿੰਦੇ ਹੁੰਦੇ ਐਜੂਕੇਸ਼ਨ ਇਜ਼ ਦਾ ਚੀਫ ਫਾਰਮਿੰਗ ਆਫ ਐਨੀ ਸੋਸਾਇਟੀ। ਬਟ ਅਗਰ ਬੱਚੀ ਬਚੂਗੀ
ਅਗਰ ਬੱਚੀ ਸੇਫ ਰਹੂਗੀ ਤਾਂ ਤਾਂ ਹੀ ਪੜ੍ਹੇਗੀ, ਤਾਂ ਹੀ ਉਹ ਕੁਛ ਕਰ ਸਕੇਗੀ। ਬਹੁਤ ਵੱਡਾ ਧੱਕਾ ਹੋਇਆ। ਅਸੀਂ ਪ੍ਰਸ਼ਾਸਨ ਨੂੰ, ਮਾਣਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਇਨਫੋਰਮੇਸ਼ਨ ਨਹੀਂ, ਚੇਤਾਵਨੀ ਦਿੰਦੇ ਹਾਂ ਕਿ ਅਗਰ ਅਗਲੇ 3 ਦਿਨਾਂ ਦੇ ਵਿੱਚ ਦੋਸ਼ੀ ਗੌਰਵ ਗ੍ਰਿਫਤਾਰ ਨਾ ਹੋਇਆ, ਉਹਦੇ ਨਾਲ ਜਿਹੜਾ ਦੂਜਾ ਸਾਥੀ ਸੀ ਗ੍ਰਿਫਤਾਰ ਨਾ ਹੋਇਆ। ਔਰ ਦੂਜੀ ਵੱਡੀ ਗੱਲ, ਮਾਣਯੋਗ ਮੁੱਖ ਮੰਤਰੀ ਸਾਹਿਬ ਇੱਕ ਐਗਜ਼ਾਮਪਲ ਸੈਟਲ ਕਰੋ, ਐਗਜ਼ਾਮਪਲ ਸੈੱਟ ਕਰੋ। ਮੈਡਮ ਛੀਮਾ ਨੂੰ, ਛੀਨਾ ਨੂੰ ਇਮੀਜੀਏਟ ਤੁਸੀਂ ਸਸਪੈਂਡ ਕਰੋ MLA ਸ਼ਿਪ ਤੋਂ, ਔਰ ਦੁਬਾਰਾ ਇੱਥੇ ਹੀ ਬਾਈ ਇਲੈਕਸ਼ਨ ਕਰਾਓ, ਤੁਹਾਨੂੰ ਪਤਾ ਲੱਗੇ ਕੌਣ ਸੱਚਾ ਅਤੇ ਕੌਣ ਝੂਠਾ। ਅਗਰ ਇਹ ਕੰਮ ਨਹੀਂ ਹੁੰਦੇ, ਉਹ ਦੋਸ਼ੀ ਗ੍ਰਿਫਤਾਰ ਨਹੀਂ ਹੁੰਦੇ, ਉਹ ਜਿਹੜੇ ਐਸ ਪਰ FIR ਬੰਦੇ, ਐਸ ਪਰ ਡਾਇਰੈਕਸ਼ਨ ਆਫ ਹਾਈ ਕੋਰਟ ਬੰਦੇ ਤੁਸੀਂ ਗ੍ਰਿਫਤਾਰ ਨਹੀਂ ਕਰਦੇ, ਤਾਂ ਅਸੀਂ ਅਗਲੇ 3 ਦਿਨਾਂ ਬਾਅਦ ਕੈਂਡਲ ਮਾਰਚ ਕਰਾਂਗੇ। ਉਸ ਤੋਂ ਬਾਅਦ ਅਸੀਂ ਜ਼ਿਲ੍ਹਾ ਲੈਵਲ 'ਤੇ, ਫਿਰ ਪੰਜਾਬ ਲੈਵਲ 'ਤੇ ਮਾਣਯੋਗ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਿਰਾਵ ਕਰਾਂਗੇ। ਅਗਰ ਫਿਰ ਵੀ ਹੱਲ ਨਹੀਂ ਹੁੰਦਾ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਮਾਣਯੋਗ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਘਰ ਜਾ ਕੇ ਬੈਠ ਕੇ ਅਸੀਂ ਆਪਣਾ ਦੁੱਖ ਜ਼ਾਹਰ ਕਰਾਂਗੇ, ਉਹਨਾਂ ਦੀ ਕੋਠੀ ਦਾ ਵੀ ਘਿਰਾਵ ਕਰਾਂਗੇ।